ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਸਾਡਲ ਟੀਵੀ, ਮੈਂ ਹਰਜਸੀ ਕੌਰ। ਹਰਜਸ ਟੀਵੀ ਦੇ ਵਿੱਚ ਬੀਤੇ ਸ਼ਨੀਵਾਰ ਪੁਲਿਸ ਦੇ ਵੱਲੋਂ 30 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਹੁਣ ਤੱਕ ਦੇ ਗ੍ਰਿਫਤਾਰ ਕੀਤੇ ਗਏ ਸ਼ਨੀਵਾਰ ਦੇ ਦਿਨ ਦੀ ਗਿਣਤੀ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੱਸੀ ਜਾ ਰਹੀ ਹੈ। ਦੱਸ ਜਾਣੇ ਕਿ ਹੈਮਿਲਟਨ CBD ਦੇ ਵਿੱਚ ਸ਼ਨੀਵਾਰ ਰਾਤੀ ਇਹਨਾਂ ਸਾਰੇ ਲੋਕਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ ਤੇ ਕਾਫੀ ਨੁਕਸਾਨ ਵੀ ਪਹੁੰਚਾਇਆ ਜਾ ਰਿਹਾ ਸੀ। ਪੁਲਿਸ ਦੇ ਵੱਲੋਂ 3 ਜਣਿਆਂ ਨੂੰ ਕੁੱਟਮਾਰ ਕਰਨ ਦੇ ਲਈ, 11 ਜਣਿਆਂ ਨੂੰ ਖਰਾਬ ਵਿਵਹਾਰ ਕਰਨ ਦੇ ਲਈ ਤੇ 4 ਜਣਿਆਂ ਨੂੰ ਪੁਲਿਸ ਦੇ ਕੰਮ ਦੇ ਵਿੱਚ ਵਿਘਨ ਪਾਉਣ ਦੇ ਲਈ ਤੇ 4 ਜਣਿਆਂ ਦੇ ਪਹਿਲਾਂ ਤੋਂ ਹੀ ਵਾਰੰਟ ਜਾਰੀ ਸਨ ਜਿਨ੍ਹਾਂ ਦੀ ਭਾਲ ਪੁਲਿਸ ਕਰ ਰਹੀ ਸੀ। 30 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਹੈਮਿਲਟਨ CBD ਦੇ ਵਿੱਚ ਨਸ਼ਾ ਕਰਕੇ, ਡਰਿੰਕ ਕਰਕੇ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ ਤੇ ਕੁੱਟਮਾਰ ਵੀ ਕੀਤੀ ਜਾ ਰਹੀ ਸੀ। ਉਧਰ ਪੁਲਿਸ ਦੇ ਵੱਲੋਂ 10 ਜਣਿਆਂ ਨੂੰ ਲਿਕਰ ਬੈਨ ਦੇ, ਪਬਲਿਕ ਪਲੇਸਿਸ ਉੱਤੇ ਲਿਕਰ ਪੀਣ ਦੇ ਬੈਨ ਨੋਟਿਸ ਵੀ ਜਾਰੀ ਕੀਤੇ ਗਏ ਨੇ, ਜੋ ਕਿ ਹੁਣ ਤੋਂ ਪਬਲਿਕ ਸਪੇਸਿਸ ਦੇ ਉੱਤੇ ਬੈਠ ਕੇ ਲਿਕਰ ਨਹੀਂ ਪੀ ਸਕਣਗੇ। ਪੁਲਿਸ ਦੇ ਮੁਤਾਬਿਕ ਲਗਾਤਾਰ ਪੁਲਿਸ ਦੇ ਕੀਤੀ ਜਾ ਰਹੀ ਕਾਰਵਾਈ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਲੋਕਾਂ ਦੇ ਵਿੱਚ ਸੁਰੱਖਿਆ ਬਣਾਈ ਰੱਖਣ ਦੇ ਲਈ ਇਹ ਕਾਫੀ ਜ਼ਰੂਰੀ ਸੀ।